ਅਤੇ ਚੰਗਾ ਲੇਵਾ ਬਣਾਉਂਦੀ ਆ। 16 ਲੀਟਰ ਦੁੱਧ ਪਿਛਲੇ ਸੂਏ 'ਚ ਹੋਇਆ ਜੀ ਆਪਾਂ, ਪਿਛਲੇ ਸੂਏ 16 ਦਿੱਤਾ। ਹਾਂਜੀ, ਕੋਈ ਮਰਜ਼ੀ ਐਂ ਉਹ ਕਰੀ ਜਾਵੇ, ਕੋਈ ਲੱਤ ਛਾੜ ਵਾਲੀ ਹੈ। ਠੀਕ ਹੈ, ਸੀਲ ਠੰਡੀ ਦੀ ਪੂਰੀ ਗਰੰਟੀ ਆ ਆਪਣੀ, ਸਾਰੇ ਪਾਸੋਂ ਓਕੇ ਆ। ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਫੇਸ ਕੁਆਲਿਟੀ ਬਹੁਤ ਸੋਹਣੀ ਆ ਅਤੇ ਸਾਂਭੀ ਬਲੀ ਵੀ ਚੰਗੀ ਹੈਗੀ। ਅਤੇ ਹੁਣ ਆਪਾਂ ਪਿੰਡ ਦੇ ਵਿੱਚ ਆਪਾਂ ਡਾਇਰੈਕਟ ਕਰੋਸਿੰਗ ਵਾਸਤੇ ਛੱਡਦੇ ਹਾਂ, ਕਰੋਸਿੰਗ ਵਾਸਤੇ ਛੱਡਦੇ ਹਾਂ। ਚੰਗੇ ਰਿਜ਼ਲਟ ਆ ਰਹੇ ਆ ਸਾਡੇ ਘਰ ਵੀ, ਅਤੇ ਕਣਕ ਕੱਟੀਆਂ ਪਿੰਡ 'ਚ ਬਹੁਤ ਜ਼ਿਆਦਾ ਆਈਆਂ। ਠੀਕ, ਘਰ ਦਾ ਚਿੱਪ ਲੱਗਿਆ ਹੋਇਆ ਜੇਮਸ ਜੇਮਸ। ਹਾਂਜੀ ਠੀਕ ਆ, ਉਹ ਸੀਮਨ ਲੱਗਿਆ ਵਾ। ਹਾਂਜੀ ਠੀਕ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜੰਡਾਂ ਵਾਲਾ, ਤਹਿਸੀਲ ਗੋਨੇ ਵਾਲਾ ਅਤੇ ਜ਼ਿਲ੍ਹਾ ਬਠਿੰਡਾ। ਇਹ ਸਾਹਮਣੇ ਜਿਹੜੀਆਂ ਤੁਸੀਂ ਦੋ ਮੱਝਾਂ ਦੇਖ ਰਹੇ ਹੋ, ਇਹ ਵਕਾਊ ਆ ਅਤੇ ਇੱਧਰਲੇ ਪਾਸੇ ਇੱਕ ਜਰਸੀ ਵੈੜ ਖੜ੍ਹੀ ਆ, ਅਤੇ ਪਹਿਲੇ ਸੂਏ ਇਹਨੇ ਸੂਣਾ ਗਾ। ਮੂੰਹ ਹੈਗੀ ਆ 6 ਦੰਦ, ਕੱਦ ਕੱਦ ਚੰਗੇ ਦੇ ਵਿੱਚ ਹੈਗੀ, ਅਤੇ ਹੈ ਕਰੋਸ ਦੇ ਵਿੱਚ ਆ, ਅਤੇ ਦੁੱਧ ਵੀ ਚੰਗਾ ਦਊਗੀ, ਅਤੇ ਬਾਕੀ ਗਰਮੀ ਵੀ ਨਹੀਂ ਮਨਾਉਂਦੀ ਜੀ, ਅਤੇ ਦੁੱਧ ਪੀਣ ਲਈ ਪੂਰੀ ਵਧੀਆ ਰਹੂਗੀ ਇਹ। ਇਹਦੀ ਵੀ ਤੁਹਾਨੂੰ ਆਪਾਂ ਸਾਰੀ ਡਿਟੇਲ ਲੈ ਕੇ ਦੇਵਾਂਗੇ, ਅਤੇ ਬਾਕੀ ਇਹਨਾਂ ਦੋਵਾਂ ਮੱਝਾਂ ਦੀ ਵੀ ਡਿਟੇਲ ਲੈ ਕੇ ਦੇਵਾਂਗੇ। ਇਕੱਲਾ ਇਕੱਲਾ ਤੁਹਾਨੂੰ ਆਪਾਂ ਜਾਨਵਰ ਤੋਰ ਕੇ ਦਿਖਾਵਾਂਗੇ, ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ, ਅਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਗਾ। ਬਾਈ ਦੀ ਡਾਇਰੀ ਹੈਗੀ, ਅਤੇ ਦੁੱਧ ਅਤੇ ਪਸ਼ੂ ਲਾਏ ਵੇ ਹੈਗੇ, ਉਹਨਾਂ ਪਸ਼ੂਆਂ ਦੇ ਵਿੱਚੋਂ ਹੀ ਇਹ 3 ਪਸ਼ੂ ਵੇਚਣੇ ਹੈਗੇ। ਅਤੇ ਆ ਜਾਓ, ਆਪਾਂ ਥੋੜ੍ਹਾ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਇਕੱਲੀ ਇਕੱਲੀ ਨੂੰ ਆਪਾਂ ਤੋਰ ਕੇ ਦਿਖਾਉਂਦੇ ਹਾਂ, ਅਤੇ ਇਕੱਲੀ ਇਕੱਲੀ ਦੀ ਆਪਾਂ ਡਿਟੇਲ ਲੈਂਦੇ ਹਾਂ, ਅਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਂਦੇ ਹਾਂ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਆਪਣਾ ਨਾਂ ਦੱਸ ਦਿਓ। ਖੁਸ਼ਪ੍ਰੀਤ ਸਿੰਘ ਬਾਈ, ਪਿੰਡ ਜੰਡਾਂ ਵਾਲਾ। ਠੀਕ ਹੈ, ਜ਼ਿਲ੍ਹਾ ਬਠਿੰਡਾ, ਤਹਿਸੀਲ ਗੋਨਾਣਾ ਮੰਡੀ। ਠੀਕ ਹੈ, ਅਤੇ ਜਿਹੜੀਆਂ ਆਪਾਂ ਬਾਈ ਇਹ 3 ਆਪਣੇ ਪਸ਼ੂ ਵੇਚਣੇ ਆ, ਹੈ ਨਾ? ਹਾਂਜੀ। ਅਤੇ ਇਹ ਆਪਣੇ ਘਰ ਦੇ ਹੀ ਆ, ਹੈ ਨਾ? ਹਾਂਜੀ, ਘਰ ਦੇ ਪਸ਼ੂ ਆ, ਦੁੱਧ ਦਾ ਕੰਮ ਆਪਣਾ ਡੈਰੀ ਦਾ, ਕੋਈ ਵਪਾਰ ਦਾ ਕੰਮ ਨਹੀਂ, ਘਰੇ ਦੁੱਧ ਵਾਸਤੇ ਪਸ਼ੂ ਰੱਖੇ ਹੋਏ ਆ। ਠੀਕ ਹੈ, ਵਪਾਰ ਦਾ ਕੋਈ ਕੰਮ ਨਹੀਂ, ਅਤੇ ਆਪਣੇ ਦੁੱਧ ਹੀ ਲਾਏ ਹੋਏ ਆ। ਹਾਂਜੀ ਠੀਕ ਹੈ, ਅਤੇ ਉਹਨਾਂ ਦੇ ਵਿੱਚੋਂ ਹੀ ਆਪਾਂ ਇਹ 3 ਪਸ਼ੂ ਵੇਚ ਰਹੇ ਹਾਂ, ਹੈ ਨਾ? ਠੀਕ ਹੈ, ਅਤੇ ਜਿਹੜੀ ਆਪਾਂ ਇਹ ਪਹਿਲੇ ਨੰਬਰ 'ਤੇ ਸਾਹਮਣੇ ਮੱਝ ਦੇਖ ਰਹੇ ਹਾਂ, ਇਹਦੀ ਕੀ ਡਿਟੇਲ ਹੈਗੀ? ਇਹ ਚੌਥਾ ਸੂਆ ਸੂਣ ਵਾਲੀ ਆ ਬਾਈ। ਚੌਥਾ ਸੂਆ ਇਸ ਵਾਰ ਸੂਣਾ? ਹਾਂਜੀ। ਠੀਕ ਆ, ਕਿੰਨੇ ਦਿਨ ਬਾਕੀ ਆ? ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਜੀ। 27 ਤਰੀਕ ਨੂੰ ਦਿਨ ਪੂਰੇ ਆ ਗਏ, ਅੱਜ ਹੋ ਗਈ 16। ਹਾਂਜੀ ਠੀਕ ਆ, ਤਕਰੀਬਨ 10 ਕੁ ਦਿਨਾਂ ਦੇ ਏਡ ਗੜ ਪਏ ਆ, ਹੈ ਨਾ? 10 ਉੱਪਰ ਹੀ ਲਊਗੀ ਇਹ, 5-4 ਦਿਨ। ਅੱਛਾ, ਉੱਪਰ ਵੀ ਲੈ ਜਾਂਦੀ ਹੈ? ਹਾਂ, ਉੱਪਰ ਹੀ ਸੂਣਦੀ ਆ ਲੈ ਕੇ, ਅਤੇ ਚੰਗਾ ਲੇਵਾ ਬਣਾਉਂਦੀ ਆ। 16 ਲੀਟਰ ਦੁੱਧ ਪਿਛਲੇ ਸੂਏ 'ਚ ਹੋਇਆ ਜੀ ਆਪਾਂ, ਪਿਛਲੇ ਸੂਏ 16 ਦਿੱਤਾ। ਹਾਂਜੀ ਠੀਕ ਆ, ਇਸ ਵਾਰ ਫਿਰ ਉਹਨਾਂ ਤਾਂ ਕੱਢੂਗੀ, ਹੈ ਨਾ? ਹਾਂਜੀ, 16 ਇੰਚੀ ਮੱਝ ਤੋਂ ਵੱਧ ਕੱਢਣ ਦੀ ਉਮੀਦ ਆ। ਠੀਕ ਆ, ਸਮੀ ਹੋਈ ਅੱਗੇ ਨਾ, ਉਮੀਦ ਵੱਧਦੀ ਹੈਗੀ। ਹਾਂਜੀ ਠੀਕ ਆ, ਵੀ ਜਾਣੀ ਉਹਨਾਂ ਤਾਂ ਦੇਊਗੀ ਹੋਈ, ਹੈ ਨਾ? ਦੇਊਗੀ। ਠੀਕ ਹੈ, ਅਤੇ ਇਹਦਾ ਬਾਈ ਟੀਕੇ ਦੀ ਕੀ ਡਿਟੇਲ ਹੈਗੀ, ਕਿਹੜਾ ਭਰਿਆ ਪਤਾ ਕੁਛ? ਠੀਕ ਆ ਬਾਈ, ਇਹ ਆਪਣੇ ਘਰ ਦਾ ਸਾਂਢ ਰੱਖਿਆ ਹੋਇਆ, ਸਹਾਰ ਤੋਂ ਲਿਆਏ ਸੀਗੇ। ਅੱਛਾ, ਚੰਗਾ ਉਸੇ ਤੋਂ ਹੀ ਕ੍ਰੋਸ ਹੋਈ ਹੈ। ਠੀਕ ਆ, ਉਸੇ ਦੀ ਕ੍ਰੋਸ ਹੋਈ ਵੀ ਹੈਗੀ। ਠੀਕ ਆ, ਚੰਗਾ ਹੈਗਾ ਜਾਣੀ। ਹਾਂਜੀ, ਚੰਗਾ ਬ੍ਰੀਡ ਦਾ ਸਾਂਢ ਆ, ਮੋਹਰਾ ਨਸਲ ਦਾ। ਠੀਕ ਆ, ਅਤੇ ਆਪਾਂ ਮੁੱਲ ਕੀ ਰੱਖਿਆ ਇਹਦਾ? ਮੁੱਲ ਬਾਈ 1,45,000 ਹੈ ਜੀ। 1,45,000 ਮੁੱਲ ਆ? ਠੀਕ ਆ, ਬਾਕੀ ਮੌਕੇ 'ਤੇ ਹੋ ਜੂ, ਹੈ ਨਾ? ਮੌਕੇ 'ਤੇ ਮਾਨ ਤਾਨ ਹੋ ਜੂਗਾ। ਠੀਕ ਹੈ, ਅਤੇ ਗੇੜਾ ਕਢਾਈ ਆ ਕਰੀ ਬਾਈ ਇਹਦਾ? ਲਓ ਵੀ ਦੋਸਤੋ, ਡਿਟੇਲ ਤਕਰੀਬਨ ਆਪਾਂ ਇਹਦੀ ਲੈ ਕੇ ਦੇਤੀ ਆ, ਅਤੇ ਤੁਰਦੀ ਤੋਂ ਤੁਸੀਂ ਕੇਰਾਂ ਜੱਜਮੈਂਟ ਕਰ ਸਕਦੇ ਹੋ, ਅਤੇ ਬਾਡੀ ਬਾਂਤਰ ਦੀ ਮੱਝ ਬਹੁਤ ਚੰਗੀ ਹੈਗੀ, ਸਿੰਗਾਂ ਦੀ ਵੀ ਕੁੰਡੀ ਆ, ਕੱਦ ਕਾਠ ਚੰਗਾ ਗਾ, ਅਤੇ ਵਧੀਆ ਪੂਰੇ ਖੁੱਲ੍ਹੇ ਢਾਂਚੇ ਦੀ ਹੈਗੀ, ਅਤੇ ਥੱਲਿਓਂ ਵੀ ਸਾਫ਼ ਦੀ ਹੁੰਦੀ ਆ, ਥਣ ਥੁਣ ਵੀ ਚੰਗੇ ਆ, ਅਤੇ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ, ਅਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ, ਪਿੱਠ ਬੁੜੇ ਦੀ ਵੀ ਚੰਗੀ ਹੈਗੀ ਪੂਰੀ, ਅਤੇ ਸਾਂਭੀ ਵੀ ਚੰਗੀ ਹੈਗੀ ਪੂਰੀ, ਕੋਈ ਲੱਸੀ ਨਹੀਂ ਹੈਗੀ ਕਿਸੇ ਪਾਸਿਓਂ।
ਦੇਖ ਸਕਦੇ ਹੋ, ਬਾਕੀ ਤੁਹਾਨੂੰ ਸਕਰੀਨ 'ਤੇ ਸਾਰਾ ਦਿਸੀ ਜਾਂਦਾ, ਅਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ, ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ ਬਾਈਆਂ ਦਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਇਸ ਮੱਝ ਨੂੰ ਖਰੀਦ ਸਕਦੇ ਹੋਗੇ। ਦੂਜੇ ਨੰਬਰ 'ਤੇ ਜਿਹੜੀ ਬਾਈ ਮੱਝ ਆ ਇਹ ਦਿਸ ਰਹੀ ਆਪਾਂ ਨੂੰ, ਹੈ ਨਾ, ਇਹਦੀ ਕੀ ਡਿਟੇਲ ਹੈਗੀ? ਠੀਕ ਆ, ਸਾਢੇ 12 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਜੀ ਥੱਲੇ। ਇਹਨੂੰ 15 ਦਿਨ ਹੋ ਗਏ ਸੂਈ? 15 ਦਿਨਾਂ ਦੀ ਸੂਈ ਹੋਈ ਆ, ਮਗਰ ਕੱਟਾ ਇਹਦੇ, ਮਗਰ ਕੱਟਾ। ਹਾਂਜੀ ਠੀਕ ਆ। ਇਹ ਵੀਰ 2 ਡੰਗ 3 ਡੰਗ ਚੋ ਕੇ ਪੂਰੀ ਤਸੱਲੀ ਕਰਕੇ ਲਿਜਾ ਸਕਦਾ ਹੈ। ਸਾਢੇ 12 ਲੀਟਰ ਇਸ ਟਾਈਮ ਪੂਰਾ ਤਿਆਰ ਆ ਦੁੱਧ, ਸਾਢੇ 12 ਤਿਆਰ ਆ। ਹਾਂਜੀ ਠੀਕ ਆ, ਵੱਧ ਸਕਦੀ ਹੈ ਹੋਰ? ਹਾਂ ਵਧੂਗੀ ਜੀ, ਹਜੇ 15 ਕੁ ਦਿਨ ਹੀ ਹੋਏ ਨਾ ਸੂਈ ਨੂੰ। ਠੀਕ ਆ, ਬਾਕੀ ਸੇਵਾ ਤੇ ਹੁੰਦਾ ਹੈ ਨਾ। ਹਾਂਜੀ ਠੀਕ ਆ, ਤੇ ਕੁਝ ਗਰਮੀ ਦਾ ਕਰਕੇ ਵੀ ਹੈਗਾ ਹੈ ਨਾ, ਕੁਝ ਜ਼ਿਆਦਾ ਆਈ ਨਹੀਂ ਦੁੱਧ, ਅੱਗੇ ਜ਼ਿਆਦਾ ਹੀ ਦਿੱਤਾ, ਪਿਛਲੇ ਸੂਈ ਦਾ 16 ਲੀਟਰ ਹੀ ਦਿੱਤਾ ਇਹਨੇ। ਅੱਛਾ, ਇਸ ਵਾਰ ਥੋੜੀ ਗਰਮੀ ਜ਼ਿਆਦਾ, ਉਸ ਕਾਰਨ ਥੋੜਾ ਜਿਹਾ ਘੱਟ। ਠੀਕ ਆ, ਤੇ ਇਹਦਾ ਸੂਆ ਕਿਹੜਾ ਹੈਗਾ? ਚੌਥੇ ਸੂਈ ਇਹ ਹੈ। ਇਹ ਚੌਥੇ ਸੂਏ? ਹਾਂਜੀ ਠੀਕ ਆ, ਪਹਿਲਾਂ ਵਾਲੀ ਵੀ ਚੌਥੇ ਸੂਏ ਸੀ? ਹਾਂਜੀ ਠੀਕ ਆ। ਇਹਦਾ ਮੁੱਲ ਕਿੰਨਾ ਰੱਖਿਆ ਆਪਾਂ? ਇਹਦਾ ਮੁੱਲ ਜੀ ਲੈਣ ਦੇਣ ਬਸ 90,000 ਹੈ। 90,000 ਲੈਣ ਦੇਣ, ਬਾਕੀ ਮਾੜਾ ਮੋਟਾ ਹੋ ਜੂ ਮੌਕੇ 'ਤੇ, ਜ਼ਿਆਦਾ ਜਾਇਆ ਜੀ ਰੇਟ ਰੱਖਿਆ ਆਪਾਂ। ਠੀਕ ਆ, ਖੋਲੀਏ ਇਹਨੂੰ ਵੀ। ਲਓ ਵੀ ਦੋਸਤੋ, ਇਹਦੀ ਵੀ ਤਕਰੀਬਨ ਆਪਾਂ ਤੁਹਾਨੂੰ ਡਿਟੇਲ ਲਾਈ ਦਿੱਤੀ ਹੈਗੀ, ਅਤੇ ਕੱਦ ਘਾੜੇ ਵੀ ਚੰਗੇ ਦੇ ਵਿੱਚ ਹੈਗੀ, ਅਤੇ ਥੋੜ੍ਹੀ ਥੋੜ੍ਹੀ ਜਿਹੀ ਪਿੰਡੇ ਅਤੇ ਲਾਲੀ ਜੀ ਹੈਗੀ ਹੈ, ਜਿਵੇਂ ਅੰਦਰ ਪਸ਼ੂ ਖੜ੍ਹੇ ਰਹਿੰਦੇ ਹੈਗੇ, ਅਤੇ ਉਹਦੇ ਨਾਲ ਫਰਕ ਪੈ ਜਾਂਦਾ ਹੈਗਾ, ਅਤੇ ਬਾਕੀ ਥਾਣ ਲੇਵੇ ਦੀ ਚੰਗੀ ਹੈਗੀ। ਅਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਸਿੰਗ ਥੋੜ੍ਹੇ ਜਿਹੇ ਖੁੱਲ੍ਹੇ ਹੋ ਕੇ ਮੁੜੇ ਵੇ ਆ, ਪਰ ਹੈ ਕੁੰਡੇ ਹੈਗੇ, ਅਤੇ ਬਾਡੀ ਬਣਤਰ ਇਹਦੀ ਵੀ ਚੰਗੀ ਆ, ਅਤੇ ਥਣ ਥੁਣ ਵੀ ਚੰਗੇ ਆ, ਬਾਕੀ ਜੋ ਮਿਲਕ ਵੇਨ ਹੈਗੀ ਅਤੇ ਉਹ ਵੀ ਚੰਗੀ ਆਉਂਦੀ ਹੈਗੀ। ਅਤੇ ਆਪਦੀ ਤਸੱਲੀ ਕਰਕੇ ਤੁਸੀਂ ਇਸ ਮੱਝ ਨੂੰ ਵੀ ਖਰੀਦ ਸਕਦੇ ਹੋ। ਤੀਜੇ ਨੰਬਰ 'ਤੇ ਜਿਹੜੀ ਬਾਈ ਜਰਸੀ ਬੈੜ ਹੈਗੀ, ਹਾਂਜੀ, ਇਹਦੀ ਕੀ ਡਿਟੇਲ ਆ? ਘਰ ਦੂਗੀ ਇਹ ਵੀ ਆਪਣੇ, ਹੈ ਨਾ, ਘਰ ਦੀ ਅੱਛੀ ਹੈ, ਪਹਿਲਾਂ ਸੂਆ ਸੂਣ ਵਾਲੀ, ਪਹਿਲਣ ਵੈੜ ਹੈ, ਪਹਿਲਣ ਵੈੜ ਹੀ ਹੈ। ਹਾਂਜੀ, ਇਹਦੇ 25 ਤਰੀਕ ਨੂੰ ਦਿਨ ਪੂਰੇ ਹੈ, ਇਹਦੇ 25 ਨੂੰ ਦਿਨ ਪੂਰੇ ਆ। ਹਾਂਜੀ ਠੀਕ ਆ, ਇਹਦੇ ਵੀ ਮਤਲਬ ਪਏ ਆ ਹਫ਼ਤੇ ਵਾਂਗੂ ਲਾ ਲਈਏ, ਹੈ ਨਾ, ਹਫ਼ਤੇ ਉੱਪਰ ਹੀ ਲਊਗੀ ਇਹ ਵੀ, 10-12 ਦਿਨ ਲਏ ਜੂਗੀ ਹਜੇ ਸੁਣਦੀ ਨਹੀਂ, ਉੱਪਰ ਲੈ ਜੂਗੀ ਤਾਂ। ਹਾਂਜੀ, ਦੇਵਾ ਪੂਰਾ ਵਧੀਆ ਬਣਾਊਗੀ ਦੁੱਧ, 16-17 ਲੀਟਰ ਦੇਊਗੀ ਪਹਿਲੇ ਸੂਏ। 16-17 ਲੀਟਰ ਤਾਂ ਇਹਨੂੰ ਦੇਣਾ ਚਾਹੀਦਾ, ਹੈ ਨਾ, ਚਾਹੀਦਾ, ਬਾਕੀ ਗਰਮੀ ਨਹੀਂ ਬਣਾਉਂਦੀ ਜੀ, ਠੰਡੀ ਹੈ। ਠੀਕ ਆ, ਬਹੁਤ ਜ਼ਿਆਦਾ ਹੀ ਦੇਊਗੀ, ਠੀਕ ਆ, ਘੱਟ ਮੰਨ। ਇਹਦੇ ਕੋਈ ਸੀਮਨ ਦਾ ਪਤਾ ਕਿਹੜਾ ਲੱਗਿਆ ਵਾ? ਇਹ HF ਲੱਗਿਆ ਹੋਇਆ ਜੀ। HF ਦਾ ਲੱਗਿਆ ਵਾ? ਹਾਂਜੀ ਠੀਕ ਆ, ਘਰ ਦਾ HF ਲੱਗਿਆ ਹੋਇਆ, ਜੇਮਸ। ਜੇਮਸ? ਹਾਂਜੀ ਠੀਕ ਆ, ਉਹ ਸੀਮਨ ਲੱਗਿਆ ਵਾ। ਹਾਂਜੀ ਠੀਕ ਆ, ਤੇ ਇਹਦਾ ਆਪਾਂ ਕੋਈ ਮਰਜ਼ੀ ਐ ਉਹ ਕਰੀ ਜਾਵੇ, ਕੋਈ ਲੱਤ ਛਾੜ ਵਾਲੀ ਨਹੀਂ। ਠੀਕ ਆ, ਸੀਲ ਠੰਡੀ ਦੀ ਪੂਰੀ ਗਾਰੰਟੀ ਆ ਆਪਣੀ, ਸਾਰੇ ਪਾਸੇ ਓਕੇ ਆ। ਠੀਕ ਆ, ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆ ਬਾਈ? ਮੁੱਲ ਇਹਦਾ 60,000 ਆ ਜੀ, ਲੈਣ ਦੇ 60,000 ਲੈਣ ਦੇਣੀ ਆ। ਹਾਂਜੀ, ਮਾੜਾ ਮੋਟਾ, ਠੀਕ ਆ, ਮਾੜਾ ਮੋਟਾ ਹੋ ਜਾਊਗਾ ਜਾਣੀ ਕਿ, ਜਾਇਜ਼ ਰੇਟ ਹੀ ਆ। ਠੀਕ ਆ, ਤੇ ਇਹਨੂੰ ਵੀ ਖੋਲੀ। ਲਓ ਵੀ ਦੋਸਤੋ, ਇਹਦੀ ਵੀ ਤਕਰੀਬਨ ਤੁਹਾਨੂੰ ਆਪਾਂ ਡਿਟੇਲ ਲਾਈ ਦਿੱਤੀ ਹੈਗੀ, ਅਤੇ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਇਹ, ਕੱਦ ਚੰਗੇ ਦੇ ਵਿੱਚ ਆ, ਜਿਵੇਂ ਜਰਸੀਆਂ ਦਾ ਛੋਟਾ ਹੁੰਦਾ ਹੈਗਾ, ਅਤੇ ਕੱਦ ਚੰਗੇ ਦੇ ਵਿੱਚ ਆ, ਵੇਲ ਵੀ ਚੰਗੀ ਹੈਗੀ, ਬਾਕੀ ਆਰਡਰ ਵੀ ਥੱਲਿਓਂ ਪੂਰਾ ਸਾਫ਼ ਸੁਥਰਾ ਹੈਗਾ, ਅਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਫੇਸ ਕੁਆਲਿਟੀ ਬਹੁਤ ਸੋਹਣੀ ਆ, ਅਤੇ ਸਾਂਭੀ ਬਲੀ ਵੀ ਚੰਗੀ ਹੈਗੀ। ਅਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ, ਜਿਹਨੂੰ ਇਹ ਵੈੜ ਪਸੰਦ ਆਉਂਦੀ ਆ, ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ।
ਲੈ ਚੱਲ ਬਸ, ਬਾਕੀ ਥਾਣ ਥੁਣ ਵੀ ਵਧੀਆ ਗਏ ਪੂਰੇ। ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਅਤੇ ਲੇਵਾ ਇਹਨੇ ਵਧੀਆ, ਮਤਲਬ ਕਿ ਸਟਾਰਟ ਕਰ ਲਿਆ ਬਣਾਉਣਾ ਅਤੇ ਮੀਂਹ ਦਾ ਵੀ ਚੰਗਾ ਲੇਵਾ ਬਣਾਊਗਾ ਮੌਕੇ 'ਤੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਸੀਗੇ, ਦੋ ਮੱਝਾਂ ਅਤੇ ਇੱਕ ਇਹ ਵੈੜ। ਜਿਹਨੂੰ ਤਿੰਨੇ ਪਸੰਦ ਆਉਂਦੇ ਆ ਜਾਂ ਇਕੱਲਾ ਇਕੱਲਾ ਪਸੰਦ ਆਉਂਦਾ ਅਤੇ ਤੁਸੀਂ ਆਪਦੀ ਇੱਥੇ ਆ ਕੇ ਪੂਰੀ ਤਸੱਲੀ ਕਰਕੇ ਅਤੇ ਬਾਈ ਨਾਲ ਗੱਲਬਾਤ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ, ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਅਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ। ਬਾਈਆਂ ਦੇ ਕੋਲ ਬੁੱਲ ਵੀ ਰੱਖਿਆ ਵਾ, ਤੁਸੀਂ ਦੇਖ ਸਕਦੇ ਹੋ ਚੰਗੇ ਕੱਦ ਕਾਲ ਦੇ ਵਿੱਚ ਆ ਅਤੇ ਚੰਗੀ ਲੈਣ ਦਾ ਗਾ। ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛਦੇ ਹਾਂ ਜੀ। ਬੁੱਲ ਦੀ ਕਿੰਨੀ ਉਮਰ ਹੋ ਗਈ ਬਾਈ? ਸਾਢੇ ਕੁ ਚਾਰ ਸਾਲ ਦਾ। ਛੇ ਦੰਦ ਦਾ, ਠੀਕ ਆ। ਅਤੇ ਕੀ ਰਿਕਾਰਡ ਇਹਦਾ? ਰਿਕਾਰਡ ਇਹਦਾ ਬਈ ਹੈਗਾ ਜੀ 16-17 ਲੀਟਰ ਦੀਆਂ ਦਾ। ਠੀਕ ਆ। ਪਿਓ ਦਾ ਤਾਂ ਨਹੀਂ ਪਤਾ? ਪਿਓ ਦਾ ਨਹੀਂ ਪਤਾ ਕਿਹੜਾ ਜੀ, ਚੰਗੇ ਰਿਕਾਰਡ ਦਾ ਹੀ ਆ। ਠੀਕ ਆ, ਹੈ ਜਾਣੀ ਚੰਗੇ ਦਾ। ਹਾਂਜੀ ਠੀਕ ਆ। ਤੇ ਹੁਣ ਆਪਾਂ ਪਿੰਡ ਦੇ ਵਿੱਚ ਆਪਾਂ ਡਾਇਰੈਕਟ ਕ੍ਰੋਸਿੰਗ ਵਾਸਤੇ ਛੱਡਦੇ ਆ, ਕ੍ਰੋਸਿੰਗ ਵਾਸਤੇ ਛੱਡਦੇ ਚੰਗੇ ਰਿਜ਼ਲਟ ਆ ਰਹੇ ਆ ਸਾਡੇ ਘਰੇ ਵੀ, ਦੋ ਤਿੰਨ ਕੱਟੀਆਂ ਪਿੰਡ 'ਚ ਬਹੁਤ ਜ਼ਿਆਦਾ ਆਈਆਂ। ਠੀਕ ਆ, ਚੰਗਾ ਰਿਜ਼ਲਟ ਆ ਰਿਹਾ ਘਰੇ ਵੀ, ਰਿਜ਼ਲਟ ਆਇਆ ਵਾ ਜਾਣੀ ਪਿੰਡ 'ਚ ਵੀ ਕਾਫੀ ਆ। ਉਹ ਕੱਟੀ ਜਿਹੜੀ ਉਹ ਖੜੀ ਆ ਉਹ ਇੱਕ ਨੰਬਰ 'ਤੇ। ਠੀਕ ਆ, ਬੇਸਿਕ ਬੋਲਦੀ ਉਹ ਜਿਹੜੀ ਇੱਕ ਨੰਬਰ 'ਤੇ ਖੜੀ ਆ ਉਹਰਾ। ਠੀਕ ਆ। ਅਤੇ ਬਾਕੀ ਆਪਾਂ ਇੱਕ ਪਹਿਲਾਂ ਕੱਟੀ ਦਿਖਾਈ ਸੀ, ਉਹਦੀ ਵੀ ਝੋਲੀ ਚੰਗੀ ਸੀ ਹੈ ਨਾ? ਉਹ ਵੀ ਇਸੇ ਬੋਲਦੀ ਹੈ, ਇਸੇ ਤੋਂ ਕੋਈ ਉਹ ਵੀ। ਹਾਂ ਠੀਕ ਆ, ਉਮੀਦ ਜਾਣੀ ਕਿ ਚੰਗੇ ਰਿਜ਼ਲਟ ਵੀ ਆ ਨਾ। ਹਾਂਜੀ। ਅਤੇ ਬਾਕੀ ਕੋਈ ਆਸੇ ਪਾਸੇ ਦੇ ਪਿੰਡਾਂ ਦੇ ਵੀ ਲਿਆ ਸਕਦੇ ਆ? ਹਾਂਜੀ ਲਿਆ ਸਕਦੇ। ਠੀਕ ਆ। ਅਤੇ ਕੋਈ ਟਾਈਮ ਆ ਬਾਈ ਜਾਂ ਕੋਈ ਕਿਸੇ ਵੀ ਟਾਈਮ ਆ ਸਕਦਾ? ਕਿਸੇ ਵੀ ਟਾਈਮ ਆ ਸਕਦਾ ਜੀ, ਘਰੇ ਹੀ ਹੁੰਦੇ। ਠੀਕ ਆ। ਅਤੇ ਫੀਸ ਕਿੰਨੀ ਹੈਗੀ? 500 ਰੁਪਇਆ ਫੀਸ ਹੈ। 500 ਰੁਪਇਆ ਫੀਸ ਹੈ। ਹਾਂਜੀ ਠੀਕ ਆ। ਬਾਕੀ ਜਮਾਂ ਜੈੱਡ ਬਲੈਕ ਆ, ਤੁਸੀਂ ਦੇਖ ਸਕਦੇ ਹੋ। ਬਾਕੀ ਸਿੰਘ ਬਹੁਤ ਕੁੰਡੇ ਹੈਗੇ, ਜਮਾਂ ਹੀ ਨਾਲੋਂ ਮੋੜੇ ਹੋਏ ਤੁਸੀਂ ਦੇਖ ਸਕਦੇ ਹੋ। ਅਤੇ ਇੱਦਾਂ ਹੀ ਇਹਦੇ ਬੱਚਿਆਂ ਦੇ ਆਉਂਦੇ ਆ, ਕੱਟੀਆਂ ਦੇ ਸਿੰਘ ਵੀ ਐਂ ਕੁੰਡੇ ਆਉਂਦੇ ਆ ਜਮਾਂ, ਹੈ ਨਾ? ਹਾਂ ਉਹ ਦਿਖਾ ਦਿਓ ਭਾਂ ਜੀ, ਉਹ ਵਧੀਆ। ਅਤੇ ਕੱਦ ਵੀ ਚੰਗਾ, ਇਹਦੀ ਵੇਲ ਵੀ ਵਧੀਆ ਹੈਗੀ। ਅਤੇ ਬਾਕੀ ਇਹਦਾ ਰਿਜ਼ਲਟ ਤੁਹਾਨੂੰ ਦਿਖਾ ਦਿੰਦੇ ਹਾਂ। ਆਹ ਕੱਟੀ ਖੜੀ ਇਹ ਆ ਜੀ, ਠੀਕ ਆ। ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਇਹਦੀ ਬਹੁਤ ਵਧੀਆ ਹੈਗੀ, ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਅਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ। ਅਤੇ ਥੱਲਿਓ ਝੋਲੀ ਝਾਲੀ ਵੀ ਬਹੁਤ ਵਧੀਆ ਹੈਗੀ ਇਹਦੀ, ਅਤੇ ਚੰਗੇ ਜਾਣੀ ਕਿ ਬੱਚੇ ਪਾਉਂਦਾ ਹੈਗਾ ਇਹ। ਅਤੇ ਇੱਕ ਕੱਟੀ ਪਹਿਲਾਂ ਦਿਖਾਈ ਸੀ, ਉਹ ਵੀ ਇਹਦੇ ਕੋਈ ਹੈ। ਅਤੇ ਆਸੇ ਪਾਸੇ ਦੇ ਅਰਗੇ ਦੇ ਜਿਹਨੂੰ ਵੀ ਕੋਈ ਲੋੜ ਹੈਗੀ, ਕਈ ਵਾਰੀ ਪਸ਼ੂ ਟੀਕਿਆਂ 'ਤੇ ਨਹੀਂ ਰਹਿੰਦੇ ਹੈਗੇ ਅਤੇ ਕੋਈ ਪਸ਼ੂ ਡਾਇਰੈਕਟ ਕ੍ਰੋਸਿੰਗ ਕਰਾਉਣਾ ਹੈਗਾ, ਅਤੇ ਤੁਸੀਂ ਬਾਈਆਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈਗਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਆ ਸਕਦੇ ਹੋ। ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ।